ਗੱਲ ਯੂਕੇ ਸਟੱਡੀ ਵੀਜ਼ਾ ਦੀ ਕਰਾਂਗੇ ਖਾਸ ਔਰਤੇ ਮਾਸਟਰ ਬਾਏ ਰਿਸਰਚ ਦੀ ਗੱਲ ਆਪਾਂ ਕਰਾਂਗੇ ਜਿਸ ਦੇ ਵਿੱਚ ਸਪਾਊਸ ਦਾ ਵੀ ਵੀਜ਼ਾ ਲੱਗ ਸਕਦਾ ਹੈ ਸਪਾਊਸ ਨੂੰ ਨਾਲ ਲੈ ਕੇ ਜਾਇਆ ਜਾ ਸਕਦਾ ਹੈ ਸੋ ਬਹੁਤ ਸਾਰੇ ਸਟੂਡੈਂਟ ਦੇ ਵੀ ਸਵਾਲ ਸੀ ਕਿ ਇਸ ਦੇ ਬਾਰੇ ਵੀ ਸਾਨੂੰ ਡਿਟੇਲ ਵਿੱਚ ਜ਼ਰੂਰ ਦੱਸਿਆ ਜਾਏ ਤਾਂ ਕਿ ਅਸੀਂ ਉਸ ਅਕੋਰਡਿੰਗਲੀ ਅੱਗੋ ਪਲਾਨ ਕਰ ਸਕੀਏ ਸੋ ਅੱਜ ਕਾਫੀ ਕੁਝ ਖਾਸ ਰਹੇਗਾ ਵੀਡੀਓ ਦੇ ਵਿੱਚ ਯੂਕੇ ਨੂੰ ਲੈ ਕੇ ਕਈ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡਾ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰ ਵੈਲ ਮੈਮ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸ਼ਸ਼੍ਰੀਕਾਲ ਨਮਸਕਾਰ ਜੀ ਸੋ ਨੈਵੀਗੇਟਰ ਓਵਰਸੀਆਰ ਤਕਰੀਬਨ 28 ਸਾਲਾਂ ਦਾ ਐਕਸਪੀਰੀਅੰਸ Տੇ ਸਾਰੀ ਪ੍ਰੋਫਾਈਲ ਸੇ ਕੰਮ ਕੀਤਾ ਜਾ ਚੁਕਿਆ ਹੈ ਬਹੁਤ ਸਾਰੇ ਸਟੂਡੈਂਟਸ ਆ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਗਿਆ ਸਟੱਡੀ ਵੀਜ਼ਾ ਦੇ ਲਈ ਸਹੀ ਆਪਸ਼ਨਸ ਉਹਨਾਂ ਨੂੰ ਗਾਈਡ ਕੀਤੀਆਂ ਜਾਂਦੀਆਂ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋ ਸਕਦੇ ਹੋ ਸੋ ਵੀਡੀਓਜ਼ ਦੇ ਨਾਲ ਤਾਂ ਤੁਸੀਂ ਜੁੜਦੇ ਹੀ ਹੋ ਤੇ ਅਗਰ ਕੋਈ ਤੁਹਾਡੀ ਮੈਂ ਸ਼ੁਰੂਆਤ ਚ ਕਹਿਣਾ ਚਾਹੂੰਗੀ ਕੋਈ ਡਾਊਟ ਆਪਣੀ ਪ੍ਰੋਫਾਈਲ ਨੂੰ ਲੈ ਕੇ ਜਿਹੜਾ ਨੰਬਰ ਡਿਸਪਲੇਸ ਉੱਪਰ ਵੀ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਸੋ ਮੈਮ ਯੂਕੇ ਦੀ ਜਦ ਗੱਲ ਕਰਦੇ ਆ ਮਾਸਟਰ ਬਾਏ ਰਿਸਰਚ ਪ੍ਰੋਗਰਾਮ ਦੀ ਗੱਲ ਕਰਦੇ ਆ ਜਿੱਥੇ ਨਾਲ ਲਜਾਇਆ ਜਾ ਸਕਦਾ ਹੈ ਕਿਉਂਕਿ ਹੋਰ ਕੋਈ অপਸ਼ਨ ਬਚੀ ਨਹੀਂ ਹੈ ਸਪਾਊਸ ਨੂੰ ਨਾਲ ਲੈ ਕੇ ਜਾਣ ਦੀ ਤਾਂ ਮੈਂ ਜ਼ਰੂਰ ਚਾਹੂੰਗੀ ਇਸੇ ਵੀ ਮੇਨ ਪੁਆਇੰਟਸ ਤੁਸੀਂ ਜ਼ਰੂਰ ਸਟੂਡੈਂਟਸ ਨੂੰ ਦੱਸੋ ਤਾਂ ਕਿ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਅੱਗੇ ਵਧਣ ਧਰਜੋ ਦੇਖੋ ਯੂਕੇ ਸਟੂਡੈਂਟ ਬਹੁਤ ਜਾਣਾ ਚਾਹ ਰਹੇ ਔਰ ਪਿਛਲੇ 4-5 ਸਾਲਾਂ ਤੋਂ ਉਹਨਾਂ ਨੇ ਵੀਜ਼ਾ ਵੀ ਬਹੁਤ ਦਿੱਤਾ ਹੈ ਜੀ ਲੇਕਿਨ ਆਉਣ ਵਾਲੇ ਸਮਾਂ ਜਿਹੜਾ ਸੈਪਟੰਬਰ ਦੇ ਬਾਅਦ ਉਮੀਦ ਹੈ ਕਿ ਵੀਜ਼ਾ ਸ਼ਾਇਦ ਇਹ ਵੀ ਸਟ੍ਰਿਕਟ ਕਰ ਰਿਹਾ ਹੈ ਓਕੇ ਕਿਉਂਕਿ ਜਿਹੜੀ ਨਿਊਜ਼ ਆ ਰਹੀਆਂ ਕਿ ਯੂਕੇ ਵੀ ਟਾਈਟ ਕਰ ਰਿਹਾ ਹੈ ਆਲਰੇਡੀ ਕਰ ਚੁੱਕਿਆ 1 ਜਨਵਰੀ ਤੋਂ ਸਪਾਊਸ ਵੀਜ਼ਾ ਬੰਦ ਕਰ ਹੀ ਦਿੱਤਾ ਸੀ ਮਾਸਟਰਸ ਪ੍ਰੋਗਰਾਮ ਦਾ ਤੇ ਅੰਡਰਗ੍ਰੈਡ ਨੂੰ ਦਿੰਦੇ ਹੀ ਨਹੀਂ ਸੀਗੇ ਤੇ ਜਿਹੜਾ ਸੈਪਟੰਬਰ ਦੇ ਬਾਅਦ ਹੈ ਹੋਰ ਸਟ੍ਰਿਕਟ ਹੋ ਜਾਏਗਾ ਮਤਲਬ ਇਹ ਜਿਹੜਾ ਹੁਣ ਆਇਆ ਸਾਡੇ ਕੋਲ ਨਿਊਜ਼ ਕਿਸ ਮੇ ਅਤੇ ਸੈਪਟੈਂਬਰ ਚ ਜਿਹੜੇ ਬੱਚੇ ਚਲੇ ਗਏ ਚਲੇ ਗਏ ਕਿਉਂਕਿ ਜਦ ਵੀਜ਼ਾ ਇਹਨਾਂ ਨੇ ਯੂਕੇ ਦਾ ਇਹ ਟ੍ਰੈਂਡ ਹੈ ਕਿ ਜਦ ਸਟ੍ਰਿਕਟ ਕਰਨਾ ਹੁੰਦਾ ਇਹ ਇੰਟਰਵਿਊ ਸ਼ੁਰੂ ਕਰ ਦਿੰਦੇ ਹਜੇ ਤੱਕ ਇੰਟਰਵਿਊ ਹੋਏ ਨਹੀਂ ਹੈ ਤੇ ਇਹ ਇੰਟਰਵਿਊ ਲੈ ਕੇ ਰਿਜੈਕਸ਼ਨ ਸ਼ੁਰੂ ਕਰ ਦਿੰਦੇ ਆ ਇਹ ਬੜਾ ਸਿੰਪਲ ਜਿਹਾ ਇਹਨਾਂ ਦਾ ਫੰਡਾ ਹੈ ਤੇ ਸੈਪਟੈਂਬਰ ਲਾਸਟ ਜਿਹੜਾ ਇਹਨਾਂ ਦਾ ਹੋਏਗਾ ਜਿਹੜੇ ਵੀ ਸਟੂਡੈਂਟਸ ਯੂਕੇ ਜਾਣ ਦੇ ਚਾਹਵਾਨ ਹੈ ਕਿਉਂਕਿ ਥੋੜਾ ਜਿਹਾ ਦੇਖੋ ਆਸਟ੍ਰੇਲੀਆ ਸਟ੍ਰਿਕਟ ਚੱਲ ਰਿਹਾ ਹੈ 8s ਵਾਲੇ ਪ੍ਰੋਫਾਈਲ ਨੂੰ ਨਹੀਂ ਚੱਕ ਰਹੇ ਆ ਠੀਕ ਹੈ ਕੈਨੇਡਾ ਨੇ ਕੈਪ ਲਗਾਤੀ ਹੈ ਤੇ ਐ ਐਮਓਆਈ ਤੇ ਕੈਨੇਡਾ ਲੇਗਾ ਨਹੀਂ ਆਸਟ੍ਰੇਲੀਆ ਵੀ ਨਹੀਂ ਲੇਗਾ ਤੇ ਯੂਕੇ ਦੇ ਵਿੱਚ ਇੱਕ ਫਾਇਦਾ ਹੈ ਕਿ ਐਮਓਆਈ ਤੇ ਜਿਹੜਾ ਮਾਸਟਰਸ ਦਾ ਬੱਚਾ ਜਾ ਸਕਦਾ ਹੁਣ ਤੁਸੀਂ ਗੱਲ ਕੀਤੀ ਹੈ ਮਾਸਟਰ ਬਾਏ ਰਿਸਰਚ ਹੁਣ ਜਿਹੜੇ ਸਟੂਡੈਂਟਸ ਆਪਣੀ ਫੈਮਿਲੀ ਨੂੰ ਲੈ ਕੇ ਜਾਣਾ ਚਾ ਰਹੇ ਹੈ ਔਰ ਗ੍ਰੈਜੂਏਸ਼ਨ ਕੀਤੀ ਹੋਈ ਹੈ ਉਹਨਾਂ ਨੇ ਆਇਲਸ ਦੇ ਬੈਂਡ ਉਹਨਾਂ ਦੇ ਬਹੁਤ ਅੱਛੇ ਹੈ ਆ ਕਿਉਂਕਿ ਮਾਸਟਰ ਬਾਏ ਰਿਸਰਚ ਦਾ ਜਿਹੜਾ 6.5 7 ਬੈਂਡ ਦੀ ਰਿਕੁਆਇਰਮੈਂਟ ਹੋਏਗੀ ਉਹੀ ਜਾ ਸਕਦੇ ਆ ਲੇਕਿਨ ਜਿਹੜਾ ਸਟੂਡੈਂਟ ਕੱਲਾ ਹੈ ਔਰ ਮਾਸਟਰਸ ਦੇ ਵਿੱਚ ਜਾਣਾ ਚਾਹੁੰਦਾ ਹੈ ਉਹ ਐਮਓਏ ਤੇ ਜਾ ਸਕਦਾ ਹੈ ਜਿਹੜੇ ਪਲੱਸ 2 ਸਟੂਡੈਂਟ ਹੈ ਉਹ ਵਿਦਆਊਟ ਇੰਟਰਵਿਊ ਐਂਡ ਮਤਲਬ ਵਿਦਆਊਟ ਆਇਲਟਸ ਸਾਡੇ ਕੋਲ ਆਪਸ਼ਨ ਹੈ ਉਹਦੇ ਵਿੱਚ ਵੀ ਜਾ ਸਕਦੇ ਆ ਜਿਹੜੇ ਪਲੱਸ 2 ਸਟੂਡੈਂਟਸ ਹੈ ਉਹ ਡੇਢ ਤੋਂ 2 ਸਾਲ ਦਾ ਗੈਪ ਐਕਸੈਪਟੇਬਲ ਹੈ। ਉਹਦੇ ਵਿੱਚ ਜਿਹੜੀ ਹੈ +2 ਸਟੂਡੈਂਟ ਵਾਸਤੇ ਜਿਹੜੀ ਹੈ ਓਵਰਆਲ 60% ਚਾਹੀਦੀ ਹੈ ਪਰਸੈਂਟੇਜ। ਇੰਗਲਿਸ਼ ਦੇ ਵਿੱਚ ਕੋਈ ਮਰਜ਼ੀ ਬੋਰਡ ਹੋਵੇ। ਇੱਥੇ ਅਸੀਂ ਇਹ ਵੀ ਨਹੀਂ ਕਹਿ ਰਹੇ 7 ਸੌਰੀ CBSE ਚਾਹੇ ਕੋਈ ਮਰਜ਼ੀ ਬੋਰਡ ਹੋਵੇ 70% ਇੰਗਲਿਸ਼ ਚ ਚਾਹੀਦੇ ਆ। ਜੇ ਇਹ ਸਾਰੀ ਚੀਜ਼ਾਂ ਹੋ ਰਹੀ ਹੈ ਤੇ +2 ਵਾਲੇ ਬੱਚੇ ਨੂੰ ਅਸੀਂ ਵਿਦਾਊਟ ਆਇਲਟਸ ਵਿਦਾਊਟ ਇੰਟਰਵਿਊ ਅਸੀਂ ਯੂਕੇ ਦੀ ਐਡਮਿਸ਼ਨ ਕਰਾ ਸਕਦੇ ਆ ਐਂਡ ਮਾਸਟਰਸ ਵਾਸਤੇ ਐਮਓਆਈ ਤੇ ਮੀਡੀਅਮ ਆਫ ਇਨਸਟਰਕਸ਼ਨ ਇੰਗਲਿਸ਼ ਤੇ ਮਤਲਬ ਉਹਨਾਂ ਨੂੰ ਆਇਲਸ ਦੀ ਜ਼ਰੂਰਤ ਨਹੀਂ ਹੈ ਜਾਇਲਸ ਕਿਤੇ ਤਾਂ ਬਹੁਤ ਅੱਛੀ ਗੱਲ ਹੈ 6 ਬੈਂਡ ਨਾਟ ਲੈਸ ਦੈਨ 5.5 ਬੈਂਡ ਹੋਰ ਜੇ ਬੱਚਾ ਮਾਸਟਰ ਬਾਈ ਰਿਸਰਚ ਵਿਦ ਫੈਮਿਲੀ ਜਾਣਾ ਚਾਹ ਰਿਹਾ ਹੈ ਤੇ ਆਇਲਸ ਉਹਨਾਂ ਨੂੰ ਜ਼ਰੂਰੀ ਹੈ ਉਹ ਐਮਆਈਟ ਨਹੀਂ ਹੋ ਸਕਦੀ ਕਿਉਂਕਿ ਉਹ ਰਿਸਰਚ ਵਾਲਾ ਕੋਰਸ ਹੁੰਦਾ ਹੈ ਜਿਹਦੇ ਵਿੱਚ ਫੈਮਿਲੀ ਅਲਾਉਡ ਹੈ ਯੂਕੇ ਦੇ ਵਿੱਚ ਪੀਐਚਡੀ ਜਾਂ ਮਾਸਟਰ ਬਾਏ ਰਿਸਰਚ ਦੇ ਵਿੱਚ ਤੁਸੀਂ ਆਪਣੇ ਫੈਮਿਲੀ ਨੂੰ ਨਾਲ ਲੈ ਕੇ ਜਾ ਸਕਦੇ ਹੋ ਜੀ 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 ਬਿਲਕੁਲ ਸੋ ਜ਼ਰੂਰ ਸਾਰੇ ਸਟੂਡੈਂਟਸ ਇਹ ਸਾਰੀ ਇਨਫੋਰਮੇਸ਼ਨ ਨੂੰ ਧਿਆਨ ਵਿੱਚ ਰੱਖਣਾ ਔਰ ਮੈਂ ਜ਼ਰੂਰ ਇਹ ਵੀ ਕਹਿਣਾ ਚਾਹੂੰਗੀ ਤੁਹਾਡੇ ਨਾਲ ਦੇ ਵੀ ਕੋਈ ਸਟੂਡੈਂਟਸ ਨੇ ਜਾਂ ਹੋਰ ਕੋਈ ਵੀ ਅਗਰ ਯੂਕੇ ਬਾਰੇ ਸਮਝਣਾ ਚਾਹੁੰਦਾ ਹੈ ਸਪੈਸ਼ਲੀ ਮਾਸਟਰ ਬਾਏ ਰਿਸਰਚ ਪ੍ਰੋਗਰਾਮ ਬਾਰੇ ਵੀ ਜਾਂ ਸਪਾਊਸ ਨੂੰ ਨਾਲ ਲੈ ਕੇ ਜਾਣਾ ਉਸ ਦੇ ਬਾਰੇ ਵੀ ਸਮਝਣਾ ਚਾਹੁੰਦਾ ਤਾਂ ਉਹਨਾਂ ਨੂੰ ਵੀ ਤੁਸੀਂ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਜਿਵੇਂ ਕਿ ਮੈਮ ਨੇ ਕਿਹਾ ਕਿ ਆਉਣ ਵਾਲੇ ਟਾਈਮ ਵਿੱਚ ਹੋ ਸਕਦਾ ਹੈ ਕਿ ਇੱਥੇ ਵੀ ਹੋਰ ਰੂਲਸ ਚੇਂਜ ਹੋ ਜਾਣ ਤੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਜ਼ਰੂਰ ਅਪਲਾਈ ਕਰ ਲਓ ਤਾਂ ਕਿ ਤੁਸੀਂ ਇਹਨਾਂ ਬੈਨੀਫਿਟਸ ਦਾ ਫਾਇਦਾ ਲੈ ਸਕੋ ਸਪਾਊਸ ਜਾਣਾ ਤਾਂ ਟਾਈਮਲੀ ਅਪਲਾਈ ਜ਼ਰੂਰ ਕਰ ਲੋ ਕਿਉਂਕਿ ਜਿਸ ਤਰੀਕੇ ਨਾਲ ਕੰਟਰੀਜ਼ ਆਪਣੇ ਰੂਲਸ ਚੇਂਜ ਕਰ ਰਹੀਆਂ ਅਪਡੇਟ ਕਰ ਰਹੀਆਂ ਤਾਂ ਉਸ ਤੋਂ ਬਾਅਦ ਸਟੂਡੈਂਟ ਸਿਰਫ ਇਹ ਸੋਚਦੇ ਨੇ ਕਿ ਅਸੀਂ ਪਹਿਲਾਂ ਅਪਲਾਈ ਕਿਉਂ ਨਹੀਂ ਕੀਤਾ ਸੋ ਕੋਈ ਸਵਾਲ ਹੈ ਤਾਂ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਨੈਵੀਗੇਟਰਸ ਓਵਰਸੀਜ਼ ਤੋਂ ਪੂਰੀ ਡਿਟੇਲ ਵਿੱਚ ਇਨਫੋਰਮੇਸ਼ਨ ਲੈ ਸਕਦੇ ਹੋ ਬਹੁਤ ਚੰਗਾ ਹੋਵੇਗਾ ਜੇਕਰ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰੋ ਤਾਂ ਕਿ ਤੁਹਾਡੇ ਡਾਕੂਮੈਂਟਸ ਦਾ ਇੱਕ ਇੱਕ ਪੁਆਇੰਟ ਦੇਖਿਆ ਜਾ ਸਕੇ ਸਮਝਿਆ ਜਾ ਸਕੇ ਤਾਂ ਉਸ ਤੋਂ ਬਾਅਦ ਰਾਈਟ ਆਪਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁ आ, कई खास गल्ला अच्छ स्टूडेंट्स नाल की अगों भी स्टूडेंट्स अटूडेंट्स तरह इनफोरमेटिवीडियोस लेके आते रहेंगे फिलहाल ही दौ जी इजाजत थैंक यू सो मच थैंक यू